ਤੁਸੀਂ ਦੇਖ ਰਹੇ ਹੋ ਖਾਸਪੋ ਟੀਵੀ। ਇਸ ਵੇਲੇ ਦੀ ਇੱਕ ਵੱਡੀ ਖਬਰ ਆਦਮਪੁਰ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੀ ਲਾਪਰਵਾਹੀ ਕਾਰਨ ਪਿੰਡ ਪਨੋਰੀ ਨਿਜਰਾਂ ਦਾ ਇੱਕ ਕਿਸਾਨ ਜਸਵੀਰ ਸਿੰਘ ਉਮਰ 55 ਸਾਲ ਖੇਤਾਂ ਵਿੱਚੋਂ ਲੰਘਦੀਆਂ ਹਾਈ ਵੋਲਟੇਜ ਤਾਰਾਂ ਦੀ ਚਪੇਟ ਵਿੱਚ ਆ ਗਿਆ ਅਤੇ ਕਰੰਟ ਲੱਗਣ ਕਰਕੇ ਬੁਰੀ ਤਰ੍ਹਾਂ ਨਾਲ ਝੁਲਸ ਗਿਆ। ਦੱਸ ਦਈਏ ਦੋਸਤੋ, ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਇਸ ਕਿਸਾਨ ਵੱਲੋਂ ਕੰਬਾਈਨ ਲਗਾਉਣ ਲਈ ਖੇਤਾਂ ਵਿੱਚੋਂ ਲੰਘਦੀਆਂ ਬਿਜਲੀ ਦੀਆਂ ਢਿੱਲੀਆਂ ਤਾਰਾਂ ਨੂੰ ਉੱਪਰ ਚੁੱਕਣ ਦੀ ਕੋਸ਼ਿਸ਼ ਕੀਤੀ ਗਈ। ਜ਼ਖਮੀ ਹਾਲਤ ਵਿੱਚ ਇਸ ਕਿਸਾਨ ਨੂੰ ਆਦਮਪੁਰ ਦੇ ਨਿੱਜੀ ਹਸਪਤਾਲ ਵਿੱਚ ਇਲਾਜ ਦੇ ਲਈ ਦਾਖਲ ਕਰਵਾਇਆ ਗਿਆ। ਜ਼ਖਮੀ ਜਸਵੀਰ ਸਿੰਘ ਨੇ ਬਿਜਲੀ ਵਿਭਾਗ 'ਤੇ ਦੋਸ਼ ਲਾਉਂਦਿਆਂ ਅਤੇ ਰੋਸ ਪ੍ਰਗਟ ਕਰਦਿਆਂ ਦੱਸਿਆ ਕਿ ਉਹਨਾਂ ਵੱਲੋਂ 2 ਵਾਰ ਦਰਖਾਸਤ ਦੇਣ 'ਤੇ ਵੀ ਬਿਜਲੀ ਵਿਭਾਗ ਨੇ ਤਾਰਾਂ ਉੱਚੀਆਂ ਨਹੀਂ ਕੀਤੀਆਂ। ਜਦੋਂ ਇਸ ਸੰਬੰਧਿਤ ਵਿਭਾਗ ਦੇ ਸਬ ਡਿਵੀਜ਼ਨ ਆਦਮਪੁਰ ਦੇ ਜੇਈ ਜੀਵਨ ਰਾਮ ਨਾਲ ਫੋਨ 'ਤੇ ਗੱਲਬਾਤ ਕੀਤੀ ਤਾਂ ਉਹਨਾਂ ਨੇ ਇਸ ਘਟਨਾ ਤੋਂ ਪੱਲਾ ਝਾੜਦਿਆਂ ਦੱਸਿਆ ਕਿ ਸਟਾਫ ਦੀ ਘਾਟ ਕਾਰਨ ਲੋਕਾਂ ਦੇ ਕੰਮ ਪੂਰੇ ਨਹੀਂ ਹੋ ਰਹੇ। ਤੁਸੀਂ ਦੇਖ ਰਹੇ ਹੋ ਖਾਸਪੋ ਟੀਵੀ ਦੀ ਵਿਸ਼ੇਸ਼ ਰਿਪੋਰਟ। ਖਾਸ ਇਹਦੇ ਬੰਦੇ ਬਿਜਲੀ ਵਾਲੇ ਜਸਵੰਤ ਨੇ ਦਿੱਤੀ ਪਹਿਲਾਂ, ਬਾਅਦ ਵਿੱਚੋਂ ਮੈਂ ਦਿੱਤੀ ਆ ਝੋਨਾ ਲਾਉਣ ਲੱਗਿਆ ਅਤੇ ਫਿਰ ਮੈਂ ਦੇ ਗਿਆ ਆ। ਇਹਨਾਂ ਦਾ ਇੱਕ ਬੰਦਾ ਆਇਆ, ਦੇਖ ਕੇ ਚਲੇ ਗਿਆ, ਮੁੜ ਕੇ ਕੋਈ ਬੰਦਾ ਉੱਥੇ ਕੋਈ ਨਹੀਂ ਆਇਆ ਦੇਖਣ। ਤਾਰਾਂ ਉੱਦਾਂ ਦੀਆਂ ਉੱਦਾਂ ਥੱਲੇ ਲੱਗਦੀਆਂ। ਉਹ ਬੰਦਾ ਰਾਤ ਨੂੰ ਕੋਈ ਜਾਂਦਾ ਹੋਇਆ ਤਾਂ ਉਹ ਰਾਤ ਨੂੰ ਵੀ ਉਹਦੇ ਨਾਲ ਹਾਦਸਾ ਵਰਤ ਸਕਦਾ। ਇਹ ਮੇਰੇ ਨਾਲ ਕਣਕ ਵੱਢ ਜਾ ਅਤੇ ਉੱਧਰੋਂ ਸੁੱਚ ਬੰਦ ਕੀਤਾ, ਅਸੀਂ ਜਾ ਕੇ ਉੱਤੋਂ ਤਾਰ ਚੱਕਣ ਲੱਗੇ ਤਾਂ ਨਾਲ ਹੀ ਮੈਂ ਪਟਾਕੇ ਪੈ ਗਿਆ ਮੇਰੇ ਹੱਥਾਂ ਤਾਰ ਦੇ ਨਾਲ। ਹੁਣ ਮੈਂ ਇਨਸਾਫ ਚਾਹੁੰਦਾ ਆਪਣਾ। ਕੰਸਲਟੈਂਟ ਮੈਡੀਸਨ ਆਰ ਐੱਸ ਗਾਂਧੀ ਹੋਸਪਿਟਲ ਆਦਮਪੁਰ ਤੋਂ। ਸਾਡੇ ਕੋਲ ਪੇਸ਼ੈਂਟ ਆਏ ਸੀ ਜਿਨ੍ਹਾਂ ਨੂੰ ਅਲਾਈਜ ਹਿਸਟਰੀ ਸੀ ਕਿ ਬਿਜਲੀ ਦੀ ਕਰੰਟ ਬਿਜਲੀ ਤਾਰਾਂ ਨਾਲ ਉਹਨਾਂ ਨੂੰ ਕੱਟ ਲੱਗਿਆ ਸੀ। ਜਦੋਂ ਆਏ ਸੀ ਉਹਨਾਂ ਦੀ ਹਾਲਤ ਬਹੁਤ ਗੰਭੀਰ ਸੀਗੀ, BP ਘੱਟ ਸੀਗਾ। ਅਸੀਂ ਮੁੱਢਲੀ ਟ੍ਰੀਟਮੈਂਟ ਸ਼ੁਰੂ ਕੀਤੀ, ਉਹ ਤੋਂ ਬਾਅਦ ਇਹਨਾਂ ਦਾ ਹੱਥ ਦਾ ਸਾਨੂੰ ਓਪਰੇਸ਼ਨ ਕਰਨਾ ਪਿਆ। ਹੁਣ ਹਾਲਤ ਸਟੇਬਲ ਚੱਲ ਰਹੀ ਹੈ, ਪਰ ਬਾਕੀ ਇਸ ਬਿਮਾਰੀ ਦਾ ਟਾਈਮ ਨਾਲ ਪਤਾ ਲੱਗੇਗਾ। ਅਸੀਂ ਆਪਣੀ ਪੂਰੀ ਜ਼ੋਰ ਲਗਾ ਰਹੇ ਹਾਂ ਕਿ ਮਰੀਜ਼ ਛੇਤੀ ਤੋਂ ਛੇਤੀ ਠੀਕ ਹੋ ਜਾਵੇ। ਮਿਹਰਬਾਨੀ।